ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਹੈ ਅੰਮ੍ਰਿਤਪਾਲ ਦੀ, ਆਓ ਸੁਣਦੇ ਹਾਂ ਕੀ ਕਹਿ ਰਿਹਾ ਅੰਮ੍ਰਿਤਪਾਲ। ਉਸ ਤੋਂ ਬਾਅਦ ਆਈ ਜੀ ਸਾਹਿਬ ਨੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਤੇਈ ਅਪ੍ਰੈਲ ਜਿਹੜਾ ਦੋ ਹਜ਼ਾਰ ਤੇਈ ਦੇਖੋ ਕੀ ਕਹਿ ਰਹੇ ਹੈ ਲਗਭਗ ਇੱਕ ਆਈ ਮਹੀਨਾ ਜੀ ਸਾਹਿਬ। ਪਹਿਲਾਂ ਜਿਹੜਾ ਹਿੰਦੁਸਤਾਨ ਦੀ ਹਕੂਮਤ ਨੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਜਿਹੜਾ ਸਿੱਖ ਕੌਮ ਤੇ ਹਮਲਾ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਸਾਨੂੰ ਜਿਸ ਤਰੀਕੇ ਨਾਲ ਘੇਰਾਬੰਦੀ ਕਰਕੇ ਸਾਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ, ਉਸ ਮੌਕੇ ਸਾਨੂੰ ਇਹ ਲੱਗਦਾ ਨਹੀਂ ਸੀ ਕਿ ਗ੍ਰਿਫਤਾਰੀ ਹੈ ਜਿਹੜੇ ਤਰੀਕੇ ਦੀ ਰਵੱਈਆ ਉਹਨਾਂ ਨੇ ਅਪਣਾਇਆ ਸੀ, ਕਿਉਂਕਿ ਜੇ ਮੈਂ ਗ੍ਰਿਫਤਾਰੀ ਕਰਨੀ ਹੁੰਦੀ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਾਡੇ ਘਰ ਤੋਂ ਸਾਨੂੰ ਆਣ ਕੇ ਕਹਿ ਦੇਣਾ ਚਾਹੀਦਾ ਸੀ ਕਿ ਅਸੀਂ ਗ੍ਰਿਫਤਾਰੀ ਕਰਨੀ ਚਾਹੁੰਦੇ ਹਾਂ ਅਤੇ ਅਸੀਂ ਖੁਸ਼ੀ ਖੁਸ਼ੀ ਜਿਹੜੇ ਆਪਣੀ ਗ੍ਰਿਫਤਾਰ ਕੇ ਦਿੰਦੇ, ਪਰ ਜਿਹੜਾ ਤਰੀਕਾ ਉਹਨੇ ਅਪਣਾਇਆ ਉਸ ਤੋਂ ਬਾਅਦ 'ਚ ਇੱਕ ਮਹੀਨਾ ਲੱਗਾ ਅਤੇ ਸਟੇਟ ਦਾ ਪੂਰਾ ਚਿਹਰਾ ਜਿਹੜਾ ਦੁਨੀਆ ਸਾਹਮਣੇ ਨੰਗਾ ਹੋ ਗਿਆ। ਦੁਨੀਆ ਭਰ ਦੇ ਵਿੱਚ ਵੱਸਦੇ ਸਿੱਖਾਂ ਦੀ ਜਿਹੜੇ ਦਿਲ ਨੇ ਉਹ ਪਸੀਜੇ ਗਏ ਅਤੇ ਉਹਨਾਂ ਨੇ ਜਿਹੜੀ ਸਿੱਖ ਕੌਮ 'ਤੇ ਹਮਲੇ ਦੀ ਅਪੀਲ ਨੂੰ ਮਹਿਸੂਸ ਕੀਤਾ। ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ, ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਰੋਸ ਮੁਜ਼ਾਹਰੇ ਕੀਤੇ ਔਰ ਉਹਨਾਂ ਰੋਸ ਮੁਜ਼ਾਹਰਿਆਂ 'ਚ ਸਿੱਖਾਂ ਨੇ ਜਿਹੜੀ ਦਿਲ ਦੀ ਭਾਵਨਾ ਪ੍ਰਗਟ ਕੀਤੀ। ਸੋ ਇੱਕ ਮਹੀਨੇ ਦੇ ਵਿੱਚ ਅਨੇਕਾਂ ਹੀ ਸਿੱਖਾਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਗਿਆ, ਅੰਨੇਵਾਹ ਫੜੋਫੜੀ ਕੀਤੀ ਗਈ ਹੈ, ਜਿਹੜੇ ਸਿੱਖ ਨੌਜਵਾਨ ਜਿਹੜੇ ਸੀ ਜਿਹੜੇ ਸਿੱਖੀ ਦਾ ਦਰਦ ਰੱਖਦੇ ਆ, ਜਿਹੜੇ ਸੋਸ਼ਲ ਮੀਡੀਆ 'ਤੇ ਕੁਝ ਲਿਖਦੇ ਬੋਲਦੇ ਸੀ, ਉਹਨਾਂ ਨੂੰ ਵੀ ਹਕੂਮਤ ਨੇ ਇਸ ਤਰੀਕੇ ਨਾਲ ਜਿਹੜਾ ਲਫਤੀਰਾ ਕੀਤਾ ਵੀ ਚੁੱਕ ਚੁੱਕ ਕੇ ਜੇਲ੍ਹਾਂ 'ਚ ਸੁੱਟਿਆ ਗਿਆ। ਸੋ ਇਹ ਸਾਰੇ ਵਰਤਾਰੇ ਤੋਂ ਬਾਅਦ ਸਿੱਖ ਕੌਮ ਨੂੰ ਇੱਕ ਭੁਲੇਖਾ ਜਿਹੜਾ ਕੌਮ ਦਾ ਦੂਰ ਹੋ ਜਾਂਦਾ, ਉਹ ਭੁਲੇਖਾ ਇਹ ਆ ਵੀ ਅਸੀਂ ਬਰਾਬਰ ਦੇ ਸ਼ਹਿਰੀ ਹਾਂ, ਅਸੀਂ ਸੰਪੂਰਨ ਆਜ਼ਾਦ ਹਾਂ, ਕਈਆਂ ਦੇ ਮਨ 'ਚ ਭੁਲੇਖਾ ਸੀ ਜਿਹੜਾ ਇਸ ਵਰਤਾਰੇ ਤੋਂ ਬਾਅਦ ਦੂਰ ਹੋਇਆ। ਸੋ ਗ੍ਰਿਫਤਾਰੀ ਦਾ ਮੈਂ ਪਹਿਲਾਂ ਵੀ ਵਜਨ ਕੀਤੇ ਸੀ ਵੀ ਨਾਲ ਗ੍ਰਿਫਤਾਰੀ ਦਾ ਪਹਿਲਾਂ ਡਰ ਸੀ, ਨਾਲ ਜੀ ਗ੍ਰਿਫਤਾਰੀ ਦਾ ਡਰ ਹੈ, ਪਰ ਜਦੋਂ ਕਿਸੇ ਸਟੇਟ ਦਾ ਚਿਹਰਾ ਨੰਗਾ ਹੋਣਾ ਤਾਂ ਮਹਾਰਾਜ ਕੋਈ ਬਿੱਦ ਬਣਾਉਂਦੇ ਆ। ਸੋ ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਵੀ ਜਿੱਥੇ ਅਨੇਕਾਂ ਨੌਜਵਾਨ ਜੇਲ੍ਹਾਂ 'ਚ ਸੁੱਟੇ ਗਏ ਨੇ, ਬੇਸ਼ੱਕ ਸਾਡੇ ਕੋਲ ਸਾਰੇ ਰਾਹ ਆ ਵੀ ਅਸੀਂ ਇੱਥੋਂ ਨਿਕਲ ਕੇ ਹੋਰਨਾਂ ਮੁਲਕਾਂ 'ਚ ਵੀ ਜਾ ਸਕੀਏ, ਪਰ ਮੈਂ ਇਸ ਤਰ੍ਹਾਂ ਦਾ ਮਨੁੱਖ ਨਹੀਂ ਵੀ ਜਦੋਂ ਭੀੜ ਪਵੇ ਅਤੇ ਉਦੋਂ ਆਪਣੇ ਸਾਥੀਆਂ ਨੂੰ ਛੱਡ ਕੇ ਅਤੇ ਕਿਸੇ ਹੋਰ ਮੁਲਕ 'ਚ ਤੁਰਿਆ ਫਿਰਾਂ। ਸੋ ਇਸ ਕਰਕੇ ਮੈਂ ਫੈਸਲਾ ਕੀਤਾ ਵੀ ਅੱਜ ਅਸੀਂ ਗ੍ਰਿਫਤਾਰੀ ਦੇਣੀ ਹੈ 23 ਅਪ੍ਰੈਲ 2023 ਨੂੰ, ਉਸ ਜਗ੍ਹਾ 'ਤੇ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਜਿਸ ਜਗ੍ਹਾ ਤੋਂ ਸਾਰਾ ਕੁਝ ਸ਼ੁਰੂ ਹੋਇਆ, ਜਿਸ ਜਗ੍ਹਾ ਤੋਂ ਮੇਰੀ ਦਸਤਾਰਬੰਦੀ ਹੋਈ ਹੈ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾਣਿਆਂ ਦੇ ਜਨਮ ਸਥਾਨ 'ਤੇ ਜਿਹੜਾ ਗੁਰੂ ਘਰ ਬਣਿਆ, ਉਸ ਗੁਰੂ ਘਰ ਦੇ ਉੱਤੋਂ ਜਿੱਥੋਂ ਦਸਤਾਰਬੰਦੀ ਹੋਈ ਸੀ, ਜਿੱਥੋਂ ਕੌਮ ਨੇ ਇੰਨਾ ਮਾਣ ਬਖਸ਼ਿਆ, ਉਸੇ ਗੁਰੂ ਘਰ ਦੇ ਵਿੱਚ ਅੱਜ ਜਾ ਕੇ ਮੱਥਾ ਟੇਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈ ਕੇ ਜਿਹੜੀ ਗ੍ਰਿਫਤਾਰੀ ਦੇਣੀ ਹੈ। ਉਸ ਤੋਂ ਬਾਅਦ 'ਚ ਮੇਰੀ ਕੌਮ ਨੂੰ ਅਪੀਲ ਹੈ ਵੀ ਤੁਸੀਂ ਅਰਦਾਸ ਬੇਨਤੀ ਕਰਨੀ ਹੈ, ਸੰਘਰਸ਼ ਨੂੰ ਜਾਰੀ ਰੱਖਣਾ ਹੈ ਅਤੇ ਜਿਹੜੀ ਖੰਡੇ ਬਾਟੀ ਦੀ ਪਹੁਲ ਤੋਂ ਜਿਹੜਾ ਸਾਨੂੰ ਇਹ ਰੋਕਿਆ ਗਿਆ ਹੈ, ਜਿਹਦੇ ਪ੍ਰਚਾਰ ਤੋਂ ਜੇ ਇਸ ਖੰਡੇ ਬਾਟੀ ਦੀ ਪਹੁਲ ਛੱਕ ਕੇ ਹੀ ਅਸੀਂ ਆਜ਼ਾਦ ਹੋ ਸਕਦੇ ਹਾਂ, ਜੇ ਇਸ ਖੰਡੇ ਬਾਟੀ ਦੀ ਪਹੁਲ ਛੱਕਣ ਤੋਂ ਬਾਅਦ ਹੀ ਸਾਡੇ ਤੋਂ ਮੌਤ ਦਾ ਭੈ ਮੁਕਤ ਹੋ ਸਕਦਾ ਹੈ, ਜਿਸ ਤੋਂ ਬਾਅਦ ਹੀ ਅਸੀਂ ਨਸ਼ਿਆਂ ਤੋਂ ਜਿਹੜਾ ਛੁਟਕਾਰਾ ਪਾ ਸਕਦੇ ਹਾਂ, ਉਸ ਖੰਡੇ ਬਾਟੀ ਦੀ ਪਹੁਲ ਜਿਹੜੀ ਆ ਉਹ ਅਸੀਂ ਨਾ ਛੱਕ ਸਕੀਏ। ਐਸੇ ਮਾਹੌਲ ਪੈਦਾ ਕੀਤੇ ਗਏ ਖਾਲਸਾ ਵਹੀਰ ਜਿਹਨੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਦਾ ਨਸ਼ਾ ਛੁਡਾਇਆ, ਹਜ਼ਾਰਾਂ ਘਰ ਬਚਾਏ, ਉਸ ਨੂੰ ਰੋਕਣ ਦਾ ਬਹੁਤ ਯਤਨ ਸੀ ਹਕੂਮਤ ਵੱਲੋਂ। ਸੋ ਹਕੂਮਤ ਨੇ ਜੋ ਕੁਛ ਕਰਨਾ ਸੀ ਉਹਨਾਂ ਕਰ ਲਿਆ, ਹੁਣ ਮੇਰੀ ਸੰਗਤਾਂ ਨੂੰ ਅਪੀਲ ਹੈ ਵੀ ਆਪਾਂ ਇਹ ਸੰਘਰਸ਼ ਨੂੰ ਜਾਰੀ ਰੱਖਣਾ ਹੈ, ਅਸੀਂ ਖੰਡੇ ਬਾਟੀ ਦੀ ਜਿਹੜੀ ਪਹੁਲ ਹੈ ਜਿਹੜੀ ਲਹਿਰ ਚਲਾਈ ਹੈ ਉਸ ਨੂੰ ਜਾਰੀ ਰੱਖਦੇ ਹਾਂ। ਨੌਜਵਾਨਾਂ ਨੂੰ ਮੇਰੀ ਖਾਸ ਅਪੀਲ ਹੈ ਵੀ ਤੁਸੀਂ ਖੰਡੇ ਬਾਟੀ ਦੀ ਪਹੁਲ ਛੱਕਣੀ ਹੈ, ਅੱਜ ਜਿਹੜੀ ਗ੍ਰਿਫਤਾਰੀ ਦੀ ਖਬਰ ਹੈ ਉਹ ਦੁਨੀਆ ਭਰ ਵਿੱਚ ਪਹੁੰਚ ਜੂਗੀ। ਸੰਗਤਾਂ ਨੂੰ ਇੱਕ ਬੇਨਤੀ ਹੈ ਵੀ ਚੜ੍ਹਦੀ ਕਲਾ ਦੀ ਅਰਦਾਸਾਂ ਕਰਨੀਆਂ, ਅਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਇਹੋ ਕਰਨੀ ਹੈ ਵੀ ਜਿਹੜੇ ਬਚਨ ਸਾਡੇ ਕੌਮ ਨਾਲ ਹੋਏ ਨੇ ਅਸੀਂ ਉਹਨਾਂ ਬਚਨਾਂ 'ਤੇ ਪੂਰੇ ਰਹੀਏ, ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਅਤੇ ਸੰਗਤ ਦੀਆਂ ਅਰਦਾਸਾਂ ਸਦਕਾ ਅਜੇ ਤੱਕ ਮਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਡਰ ਕੋ ਭੈ ਅਜੇ ਤੱਕ ਨਹੀਂ ਸਤਿਗੁਰ ਨੇ ਲਿਆਉਂਦਾ। ਸੋ ਅੱਗੇ ਵੀ ਇੱਦਾਂ ਚੱਲਦਾ ਰਹੇ, ਸਤਿਗੁਰ ਸੱਚੇ ਪਾਤਸ਼ਾਹ ਅੱਗੇ ਇਹੋ ਅਰਦਾਸ ਹੈ, ਪੂਰੀ ਕੌਮ ਨੂੰ ਅਪੀਲ ਹੈ ਵੀ ਇਕੱਠੇ ਹੋ ਕੇ ਰਹਿਣਾ, ਆਪਸੀ ਇਤਫਾਕ ਏਕਤਾ ਜਿਹੜੀ ਉਹ ਕਾਇਮ ਰੱਖਣੀ ਹੈ, ਕਿਉਂਕਿ ਇਸ ਮੌਕੇ 'ਤੇ ਜਿੱਥੋਂ ਸਾਡੇ ਦੁਸ਼ਮਣ ਨੇ ਸਾਡੇ 'ਤੇ ਏਡਾ ਵੱਡਾ ਹੱਲਾ ਕੀਤਾ ਹੋਵੇ, ਆਪਸ ਦੇ ਵਿੱਚ ਖਾਨਦਾਨੀ ਸ਼ੁਰੂ ਕਰਨੀ ਚੰਗੀ ਗੱਲ ਨਹੀਂ। ਜਿਹੜੀਆਂ ਜਥੇਬੰਦੀਆਂ ਨੇ ਮੇਰਾ ਸਹਿਯੋਗ ਕੀਤਾ, ਜਿਹੜੀਆਂ ਜਥੇਬੰਦੀਆਂ ਨੇ ਨੌਜਵਾਨਾਂ ਦੇ ਨਾਲ ਖੜਨ ਦਾ ਤਹੱਈਆ ਕੀਤਾ, ਉਹਨਾਂ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਹੈ। ਜਿਨ੍ਹਾਂ ਨੇ ਇਸ ਮੌਕੇ 'ਤੇ ਵਿਰੋਧ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਤ ਬਖਸ਼ਣ। ਮੇਰੀ ਨੌਜਵਾਨਾਂ ਨੂੰ ਅਪੀਲ ਆ ਵੀ ਆਪਸ 'ਚ ਉਲਝਣ ਨਾਲੋਂ ਜੇ ਅਸੀਂ ਕੌਮ ਦੇ ਇੱਦਾਂ 'ਚ ਕੰਮ ਕਰੀਏ ਤਾਂ ਉਹ ਸਾਡੇ ਵਾਸਤੇ ਜ਼ਰੂਰੀ ਹੈ। ਨਸ਼ਿਆਂ ਤੋਂ ਦੂਰ ਰਹਿ ਕੇ ਖੰਡੇ ਬਾਟੇ ਦੀ ਪਹੁਲ ਛੱਕ ਕੇ ਜੇ ਸਤਿਗੁਰ ਸੱਚੇ ਪਾਤਸ਼ਾਹ ਦੇ ਲੜ ਲੱਗਾਂਗੇ ਤਾਂ ਹੀ ਸਿੱਖੀ ਗੁਆਈ ਜਾ ਸਕਦੀ ਹੈ। ਸੋ ਮੇਰੀ ਨੌਜਵਾਨਾਂ ਨੂੰ ਇਹੋ ਅਪੀਲ ਹੈ ਵੀ ਜੇ ਤੁਸੀਂ ਮੈਨੂੰ ਪ੍ਰੇਮ ਕਰਦੇ ਜੋ ਅਤੇ ਜੇ ਤੁਸੀਂ ਚਾਹੁੰਦੇ ਜੋ ਵੀ ਅਸੀਂ ਦੁਬਾਰਾ ਸੰਗਤਾਂ 'ਚ ਵਿਚਰੀਏ, ਸਤਿਗੁਰ ਸੱਚੇ ਪਾਤਸ਼ਾਹ ਕੇ ਅਸੀਂ ਬਿੱਦ ਬਣਾਉਣ, ਕਿਉਂਕਿ ਜਿਹੜੇ ਕੇਸ ਹਕੂਮਤ ਨੇ ਪਾਏ ਨੇ ਇਹਨਾਂ ਦੇ ਵਿੱਚ ਹੈ ਕੁਛ ਨਹੀਂ, ਇਹ ਝੂਠੇ ਕੇਸ ਨੇ, ਇਹਨਾਂ ਦੇ ਪਿੱਛੇ ਕੋਈ ਸਬੂਤ ਨਹੀਂ, ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ, ਇਹ ਸਿਰਫ ਸਾਡੀ ਵਹੀਰ ਨੂੰ ਰੋਕਣ ਲਈ ਸਾਰਾ ਕੁਝ ਯਤਨ ਕੀਤਾ ਗਿਆ। ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਮੁਸ਼ਕਲਾਂ 'ਚ ਕੱਢ ਕੇ ਇੱਕ ਦਿਨ ਐਸਾ ਲਿਆਉਣਗੇ ਜਦੋਂ ਸੰਗਤਾਂ 'ਚ ਵਿਚਰਾਂਗੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਮੇਰੀ ਇੰਨੀ ਇੱਕ ਬੇਨਤੀ ਆਪਸੀ ਇਤਫਾਕ ਬਣਾ ਕੇ ਰੱਖਣਾ।
ਕੌਮ ਨੂੰ ਮੇਰੀ ਬੇਨਤੀ ਹੈ ਵੀ ਚੜ੍ਹਦੀ ਕਲਾ ਚ ਰਹਿਣਾ, ਚੜ੍ਹਦੀ ਕਲਾ ਚ ਰਹਿੰਦੇ ਹੀ ਅਗਲੇ ਕਾਰਜ ਕਰਨੇ ਆ। ਸੋ ਇੰਨੀਆਂ ਕੁ ਬੇਨਤੀਆਂ ਖਿਮਤ ਦਾ ਜਾਚ ਚੱਕਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਫਰਦਰ ਇਸ ਕੇਸ ਦੇ ਵਿੱਚ ਜਿਹੜਾ ਵਾ ਕਾਨੂੰਨ ਦੇ ਅਨੁਸਾਰ ਅੱਗੇ ਕਾਰਵਾਈ ਹੋਊਗੀ। ਲੋਕਾਂ ਨੇ, ਪਬਲਿਕ ਨੇ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਲੋਕਾਂ ਦਾ, ਜਿਨ੍ਹਾਂ ਨੇ ਇਸ ਪੂਰੇ ਦੌਰ ਦੇ ਦੌਰਾਨ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ, ਪੀਸ ਮੇਨਟੇਨ ਕੀਤੀ ਹੈ। ਔਰ ਪੰਜਾਬ ਪੁਲਿਸ ਵੀ ਕਮਿਟਡ ਆ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ ਅਤੇ ਪੀਸ ਮੇਨਟੇਨ ਕਰਨ ਵਾਸਤੇ। ਔਰ ਕੁਛ ਜਿਹੜੇ ਹੈਗੇ ਨੇ ਐਲੀਮੈਂਟਸ, ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਜਿਹੜਾ ਵਾ ਖਰਾਬ ਨਹੀਂ ਹੋਣ ਦਿੱਤਾ ਜਾਏਗਾ, ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਅੰਮ੍ਰਿਤਪਾਲ ਸਿੰਘ ਨੂੰ ਅੱਜ ਸਵੇਰੇ ਕਰੀਬ 6:45 'ਤੇ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਵਿੰਗ ਦੇ ਕੋਲ ਇਹ ਕੰਕਰੀਟ ਇਨਫੋਰਮੇਸ਼ਨ ਸੀ ਓਪਰੇਸ਼ਨਲ ਇਨਪੁੱਟਸ ਦੇ ਬੇਸਿਸ ਦੇ ਉੱਤੇ ਕਿ ਉਹ ਰੋਡੇ ਪਿੰਡ ਦੇ ਵਿੱਚ ਜਿਹੜਾ ਵਾ ਪ੍ਰੈਜੈਂਟ ਆ। ਉਹਨੂੰ ਪੁਲਿਸ ਨੇ ਸਾਰੇ ਪਾਸੇ ਤੋਂ ਨਾਕਾਬੰਦੀ ਕਰਕੇ ਪਿੰਡ ਨੂੰ ਘੇਰਿਆ ਹੋਇਆ ਸੀਗਾ, ਪਰ ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸੀਗਾ ਤਾਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਸੁਪਰੀਮ ਆ, ਉਹਨੂੰ ਮੇਨਟੇਨ ਕਰਨਾ ਸਾਰਿਆਂ ਦਾ ਹੀ ਸਾਡਾ ਫਰਜ਼ ਆ ਕਿ ਕਿਸੇ ਵੀ ਤਰ੍ਹਾਂ ਦਾ ਮਰਿਆਦਾ ਦੇ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ। ਸੋ ਉਸ ਸੰਬੰਧ ਦੇ ਵਿੱਚ ਜਦੋਂ ਇਹ ਕਨਵੇ ਹੋ ਗਿਆ ਕਿ ਸਾਰੇ ਪਾਸੇ ਤੋਂ ਘਿਰ ਗਿਆ ਹੈ ਔਰ ਕੋਈ ਚਾਰਾ ਅਸਕੇਪ ਦਾ ਉੱਥੋਂ ਨਹੀਂ ਹੈਗਾ, ਉਸ ਤੋਂ ਬਾਅਦ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਕਰੀਬ 6:45 'ਤੇ, ਜਿਸ ਤਰ੍ਹਾਂ ਮੈਂ ਦੱਸਿਆ NSA ਦੇ ਅਧੀਨ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਡਿਟੇਨ ਕਰਕੇ ਉਹ ਵਾਰੰਟ ਐਗਜੀਕਿਊਟ ਕਰਕੇ ਉਹਨੂੰ ਦਿਬਰੂਗੜ੍ਹ ਵਾਸਤੇ ਜਿਹੜਾ ਰਵਾਨਾ ਪੰਜਾਬ ਪੁਲਿਸ ਨੇ ਕਰ ਦਿੱਤਾ। ਇਹ ਜਿਹੜਾ ਜੁਆਇੰਟ ਓਪਰੇਸ਼ਨ ਸੀਗਾ ਪੰਜਾਬ ਪੁਲਿਸ ਦਾ ਅਤੇ ਇੰਟੈਲੀਜੈਂਸ ਵਿੰਗ ਦਾ। ਪੰਜਾਬ ਪੁਲਿਸ ਕੋ ਜੋ ਲਗਾਤਾਰ ਪੰਜਾਬ ਪੁਲਿਸ ਨੇ ਇਸ ਕੇਸ ਮੇਂ ਦਬਾਅ ਬਣਾਇਆ ਹੋਇਆ ਥਾ ਪਿਛਲੇ 35 ਦਿਨ ਸੇ, ਸਾਰੇ ਹੀ ਪੰਜਾਬ ਪੁਲਿਸ ਕੇ ਜੋ ਵਿੰਗਸ ਥੇ ਵੋ ਪ੍ਰੋਪਰ ਕੋਆਰਡੀਨੇਸ਼ਨ ਕੇ ਸਾਥ ਕਾਮ ਕਰ ਰਹੇ ਥੇ, ਜਿਸਮੇਂ ਇੰਟੈਲੀਜੈਂਸ ਵਿੰਗ ਹੈ, ਬਾਕੀ ਸਾਰੇ ਹਮਾਰੇ ਵਿੰਗਸ ਹੈ। ਅੰਮ੍ਰਿਤਪਾਲ ਸਿੰਘ ਕੇ ਖਿਲਾਫ NSA ਕੇ ਵਾਰੰਟਸ ਇਸ਼ੂ ਹੋਏ ਥੇ, ਇਨ ਵਾਰੰਟਸ ਕੋ ਆਜ ਸੁਬਹਾ ਐਗਜੀਕਿਊਟ ਕੀਆ ਗਿਆ ਹੈ, ਉਸਕੀ ਗ੍ਰਿਫਤਾਰੀ ਜੋ ਹੈ NSA ਕੇ ਅਧੀਨ ਕੀ ਗਈ ਹੈ। ਫਰਦਰ ਇਸਮੇਂ ਜੋ ਲਾਅ ਹੈ ਆਪਣੀ ਜੋ ਆਪਣੇ ਪੇਸ ਪੇ ਡਿਊ ਪ੍ਰੋਸੈਸ ਕੇ ਸਾਥ ਲਾਅ ਕਾਮ ਕਰੇਗਾ। ਇਸਮੇਂ ਪੰਜਾਬ ਕੇ ਲੋਗੋ ਨੇ ਇਸ ਪੂਰੇ ਓਪਰੇਸ਼ਨ ਕੇ ਦੌਰਾਨ ਪੰਜਾਬ ਮੇਂ ਕਮਿਊਨਲ ਹਾਰਮਨੀ ਪੀਸ ਕੋ ਮੇਨਟੇਨ ਕੀਆ ਹੈ। ਹਮ ਆਪਣੀ ਤਰਫ ਸੇ ਪੂਰੇ ਪੰਜਾਬ ਕੇ ਲੋਗੋ ਕਾ ਧੰਨਵਾਦ ਕਰਤੇ ਹੈ ਜਿਨ੍ਹੋਂਨੇ ਇੱਕ ਕਮਿਊਨਲ ਹਾਰਮਨੀ ਔਰ ਪੀਸ ਮੇਨਟੇਨ ਕੀ ਹੈ ਇਨ ਦਿਨੋਂ ਮੇਂ। ਔਰ ਪੰਜਾਬ ਪੁਲਿਸ ਕਮਿਟਡ ਹੈ ਪੰਜਾਬ ਮੇਂ ਪੀਸ ਮੇਨਟੇਨ ਕਰਨੇ ਕੋ, ਔਰ ਪੰਜਾਬ ਪੁਲਿਸ ਨੇ ਇਨ ਦਿਨੋਂ ਮੇਂ ਲਾਅ ਐਂਡ ਆਰਡਰ ਕੋ ਪੂਰੀ ਤਰ੍ਹਾਂ ਸੇ ਮੇਨਟੇਨ ਕੀਆ ਹੈ। ਸਾਥ ਕੇ ਸਾਥ ਮੈਂ ਉਨ ਐਲੀਮੈਂਟਸ ਕੋ ਜੋ ਮਿਸਚੀਵੀਅਸ ਐਲੀਮੈਂਟਸ ਹੈ ਜੋ ਪੰਜਾਬ ਕਾ ਮਾਹੌਲ ਖਰਾਬ ਕਰਨਾ ਚਾਹਤੇ ਹੈ, ਉਨਕੋ ਵਾਰਨ ਕਰਤੇ ਹੈ ਪੰਜਾਬ ਪੁਲਿਸ ਕੀ ਤਰਫ ਸੇ ਕਿ ਕਿਸੀ ਕੋ ਪੰਜਾਬ ਕਾ ਮਾਹੌਲ ਖਰਾਬ ਕਰਨੇ ਕੀ ਇਜਾਜ਼ਤ ਨਹੀਂ ਦੀ ਜਾਏਗੀ। ਸਪੈਸ਼ਲ ਓਪਰੇਸ਼ਨਲ ਇਨਪੁੱਟਸ ਹਮਾਰੇ ਪਾਸ ਥੇ, ਜਿਸਮੇਂ ਪੰਜਾਬ ਪੁਲਿਸ ਔਰ ਪੰਜਾਬ ਪੁਲਿਸ ਕੇ ਜੋ ਇੰਟੈਲੀਜੈਂਸ ਵਿੰਗ ਹੈ ਉਨਕੇ ਪਾਸ ਥੇ ਕਿ ਅੰਮ੍ਰਿਤਪਾਲ ਸਿੰਘ ਰੋਡੇ ਵਿਲੇਜ ਮੇਂ ਪ੍ਰੈਜੈਂਟ ਹੈ, ਸੁਬਹਾ ਇੱਕ ਓਪਰੇਸ਼ਨ ਚਲਾ ਕੇ ਜਿਸਮੇਂ ਪੂਰੇ ਵਿਲੇਜ ਕੋ ਪ੍ਰੋਪਰ ਤਰੀਕੇ ਸੇ ਪੂਰੇ ਸੰਜਮ ਕੇ ਸਾਥ ਪੇਸ਼ੈਂਸ ਕੇ ਸਾਥ ਕੋਆਰਡਨ ਕਰਕੇ, ਔਰ ਉਸਕੇ ਬਾਅਦ ਕਿਉਂਕਿ ਸਪੈਸੀਫਿਕ ਇਨਫੋਰਮੇਸ਼ਨ ਥੀ ਕਿ ਅੰਮ੍ਰਿਤਪਾਲ ਸਿੰਘ ਗੁਰਦੁਆਰਾ ਸਾਹਿਬ ਕੇ ਅੰਦਰ ਹੈ, ਗੁਰਦੁਆਰਾ ਸਾਹਿਬ ਕੀ ਜੋ ਮਰਿਆਦਾ ਹੈ ਵੋ ਸਭਸੇ ਸੁਪਰੀਮ ਹੈ, ਤਾਂ ਉਸਕੋ ਮੇਨਟੇਨ ਕਰਤੇ ਹੋਏ ਇੱਕ ਮੈਸੇਜ ਉਸਕੇ ਪਾਸ ਚਲਾ ਗਿਆ, ਕਨਵੇ ਹੋ ਗਿਆ, ਉਸਕੋ ਪਤਾ ਚਲ ਗਿਆ ਕਿ ਅਬ ਵੋ ਸਾਰੀ ਤਰਫ ਸੇ ਗਿਰ ਚੁੱਕਾ ਹੈ ਔਰ ਉਸਕੇ ਪਾਸ ਐਸਕੇਪ ਕਰਨੇ ਕਾ ਕੋਈ ਰੂਟ ਨਹੀਂ ਹੈ। ਤੋ ਇਸਮੇਂ ਪੰਜਾਬ ਪੁਲਿਸ ਕਾ ਜੋ ਅੰਮ੍ਰਿਤਸਰ ਰੂਰਲ ਪੁਲਿਸ ਹੈ ਔਰ ਇੰਟੈਲੀਜੈਂਸ ਕੇ ਜੋ ਹਮਾਰੇ ਆਫਿਸਰਸ ਹੈ ਉਨਕੇ ਕੋਆਰਡੀਨੇਸ਼ਨ ਸੇ ਸੁਬਹਾ ਉਸਕੋ ਰੋਡੇ ਵਿਲੇਜ ਸੇ ਗ੍ਰਿਫਤਾਰ ਕੀਆ ਗਿਆ ਹੈ। ਗ੍ਰਿਫਤਾਰ ਕਰਨੇ ਕੇ ਬਾਅਦ NSA ਕਾ ਜੈਸੇ ਮੈਨੇ ਬਤਾਇਆ ਵਾਰੰਟ ਐਗਜੀਕਿਊਟ ਕੀਆ ਗਿਆ ਹੈ, ਉਸਮੇਂ ਗ੍ਰਿਫਤਾਰ ਕਰਕੇ ਉਸਕੋ ਦਿਬਰੂਗੜ੍ਹ ਅਸਾਮ ਕੇ ਲੀਏ ਐਜ਼ ਪਰ ਪ੍ਰੋਸੀਜਰ ਐਜ਼ ਪਰ ਲਾਅ ਜੋ ਹੈ ਰਵਾਨਾ ਕਰ ਦਿਆ ਗਿਆ ਹੈ। ਇਸ ਪੂਰੇ ਐਪੀਸੋਡ ਕੇ ਦੌਰਾਨ ਜੋ ਪੰਜਾਬ ਕੇ ਲੋਗੋ ਨੇ ਪੀਸ ਮੇਨਟੇਨ ਕੀ ਹੈ ਉਸਕੇ ਲੀਏ ਪੰਜਾਬ ਪੁਲਿਸ ਕੀ ਤਰਫ ਸੇ ਪੰਜਾਬ ਗਵਰਨਮੈਂਟ ਕੀ ਤਰਫ ਸੇ ਹਮ ਲੋਗੋ ਕੇ ਬਹੁਤ ਥੈਂਕਫੁਲ ਹੈ। ਅੰਡਰ ਰਿਲੈਂਟਲੈਸ ਪ੍ਰੈਸ਼ਰ ਬਾਏ ਪੰਜਾਬ ਪੁਲਿਸ ਫਰੋਮ ਲਾਸਟ 35 ਡੇਜ਼ ਐਂਡ ਆਲ ਦੀ ਵਿੰਗਸ ਆਫ ਪੰਜਾਬ ਪੁਲਿਸ ਦੇ ਹੈਵ ਵਰਕਡ ਇਨ ਕੋਆਰਡੀਨੇਸ਼ਨ ਫੋਰ ਦਿਸ ਸਪੈਸ਼ਲ ਓਪਰੇਸ਼ਨ। ਆਈ ਵੁੱਡ ਜਸਟ ਲਾਈਕ ਟੂ ਐਕਸਪਲੇਨ ਦੈਟ NSA ਵਾਰੰਟਸ ਫੋਰ ਇਸ਼ੂਡ ਅਗੇਂਸਟ ਅੰਮ੍ਰਿਤਪਾਲ ਸਿੰਘ ਐਂਡ NSA ਵਾਰੰਟਸ ਹੈਵ ਬੀਨ ਐਗਜੀਕਿਊਟਡ ਟੂਡੇ ਮਾਰਨਿੰਗ। ਫਰਦਰ ਲਾਅ ਵਿਲ ਟੇਕ ਇਟਸ ਓਨ ਕੋਰਸ ਇਨ ਦਿਸ ਕੇਸ। ਪੀਪਲ ਇਨ ਪੰਜਾਬ ਦੇ ਹੈਵ ਮੇਨਟੇਨ ਪੀਸ ਐਂਡ ਹਾਰਮਨੀ ਐਂਡ ਪੰਜਾਬ ਪੁਲਿਸ ਐਂਡ ਸਪੈਸ਼ਲੀ ਪੰਜਾਬ ਗਵਰਨਮੈਂਟ ਇਜ਼ ਥੈਂਕਫੁਲ ਟੂ ਦੀ ਪੀਪਲ ਆਫ ਪੰਜਾਬ ਫੋਰ ਮੇਨਟੇਨਿੰਗ ਕਮਿਊਨਲ ਪੀਸ ਕਮਿਊਨਲ ਹਾਰਮਨੀ ਡਿਊਰਿੰਗ ਦਿਸ ਪੀਰੀਅਡ। ਪੰਜਾਬ ਪੁਲਿਸ ਇਜ਼ ਕਮਿਟਡ ਟੂ ਮੇਨਟੇਨ ਲਾਅ ਐਂਡ ਆਰਡਰ ਇਨ ਦਿਸ ਸਟੇਟ ਆਫ ਪੰਜਾਬ। ਐਨੀ ਮਿਸਚੀਵੀਅਸ ਐਲੀਮੈਂਟ ਸਪਰੈਡਿੰਗ ਐਨੀ ਟਾਈਪ ਆਫ ਰਿਊਮਰ ਦੇ ਆਰ ਵਾਰਨ ਟੂ ਬੀ ਕੇਅਰਫੁਲ ਐਂਡ ਸਟ੍ਰਿਕਟ ਐਕਸ਼ਨ ਵੁੱਡ ਬੀ ਟੇਕਨ ਅਗੇਂਸਟ ਦੈਮ। ਐਨੀ ਸੱਚ ਰਿਊਮਰ ਐਨੀ ਸੱਚ ਮਿਸਚੀਫ ਵਿਲ ਨੋਟ ਬੀ ਟੋਲਰੇਟਡ ਬਾਏ ਪੰਜਾਬ ਪੁਲਿਸ।
Amritpal Singh has been arrested by Punjab police at around 6:45 a.m. today morning in village Rode. He was absconding from last about more than 1 month. Special operation was launched. A joint operation was conducted by Amritsar police and intelligence wing of Punjab police. He was located in village Rode based on operational inputs by Punjab police, and he was surrounded from all sides. The village was surrounded by Punjab police. Since he was inside a Gurdwara Sahab, so to maintain sanctity of Gurdwara Sahab is supreme for everyone. So to maintain sanctity, the police did not enter the Gurdwara Sahab, and since he knew that he had no way to escape now, he was surrounded by Punjab police from all sides. The village was surrounded by Punjab police. So he was arrested at around 6:45. He has been taken to Dibrugarh under NSA, and further the law will take its own course. We are thankful to people of Punjab for maintaining peace and harmony during this entire episode. Thank you so much. ਪੂਰਾ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਤੇ ਕਾਫੀ ਸਾਰੀ ਸੰਗਤਾਂ ਨੂੰ ਬੁਲਾ ਕੇ ਪੂਰਾ ਸਰੈਂਡਰ ਜਿਹੜਾ ਹੈਗਾ ਕਰਨ ਦੀ ਗੱਲ ਕੀਤੀ ਗਈ, ਉਹਦੇ ਚ ਕਿੰਨੀ ਸੱਚਾਈ ਹੈ? ਦੇਖੋ ਉਹਦੇ ਚ ਬਹੁਤ ਕਲੀਅਰ ਹੈ ਕਿ ਅਸੀਂ ਉਹਨੂੰ ਅਰੈਸਟ ਕੀਤਾ ਹੈ ਸਾਰੇ ਪਾਸੇ ਤੋਂ ਜਦੋਂ ਘਿਰ ਗਿਆ ਸੀਗਾ, ਉਸ ਤੋਂ ਬਾਅਦ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅੰਦਰ ਕੀ ਹੋਇਆ, ਕੀ ਕਿਹਾ ਗਿਆ, ਉਹਦੇ ਬਾਰੇ 'ਚ ਟਿੱਪਣੀ ਕਰਨਾ ਵਾਜਬ ਨਹੀਂ ਹੈ। ਬਟ ਜਿਸ ਤਰੀਕੇ ਨਾਲ ਇਸ ਪੂਰੇ ਓਪਰੇਸ਼ਨ ਨੂੰ ਪਲਾਨ ਕੀਤਾ ਗਿਆ ਸੀਗਾ, ਜਿਸ ਤਰੀਕੇ ਦੇ ਕੰਕਰੀਟ ਇਨਪੁੱਟ ਸੀਗੇ, ਜਿਸ ਤਰੀਕੇ ਦੇ ਨਾਲ ਵਿਲੇਜ ਨੂੰ ਸਰਾਊਂਡ ਕਰ ਲਿਆ ਗਿਆ ਸੀਗਾ, ਕਿਉਂਕਿ ਸੈਂਕਟਿਟੀ ਮੇਨਟੇਨ ਕਰਨਾ ਸਭ ਤੋਂ ਇੰਪੋਰਟੈਂਟ ਸੀਗਾ ਗੁਰਦੁਆਰਾ ਸਾਹਿਬ ਦੀ। ਉਹਦੇ ਅੰਦਰ ਪੁਲਿਸ ਕਿਸੇ ਵੀ ਤਰੀਕੇ ਦੇ ਨਾਲ ਯੂਨੀਫਾਰਮ ਦੇ ਵਿੱਚ ਐਂਟਰ ਨਹੀਂ ਕਰ ਸਕਦੀ ਸੀਗੀ। ਸੋ ਜਦੋਂ ਸਾਰੇ ਪਾਸੇ ਤੋਂ ਘਿਰ ਗਿਆ, ਜਦੋਂ ਪਤਾ ਲੱਗ ਗਿਆ, ਤਾਂ ਦੈਨ ਜਿਹੜੀ ਅਰੈਸਟ ਆ ਉਹ ਪੋਸੀਬਲ ਹੋ ਪਾਈ। ਜਾਣ ਤੋਂ ਪਹਿਲਾਂ ਅਰੈਸਟ ਨਹੀਂ ਕੀਤਾ ਜਾ ਸਕਦਾ ਸੀ, ਕੋਈ ਇਨਪੁੱਟ ਇੰਟੈਲੀਜੈਂਸ ਨੂੰ ਨਹੀਂ ਸੀ। ਦੇਖੋ ਇਹ ਜਿਹੜਾ ਓਪਰੇਸ਼ਨ ਆ ਪਿਛਲੇ 35 ਦਿਨ ਤੋਂ ਚੱਲ ਰਿਹਾ ਸੀਗਾ, ਜਦੋਂ ਪਿਛਲੀ ਵਾਰੀ 28 ਤਰੀਕ ਨੂੰ ਹੁਸ਼ਿਆਰਪੁਰ ਤੋਂ ਸਪੌਂਡ ਕੀਤਾ ਸੀਗਾ। ਸੋ ਲਗਾਤਾਰ ਇਹ ਜਿਹੜਾ ਓਪਰੇਸ਼ਨ ਜਾਰੀ ਸੀਗਾ, ਕਿਉਂਕਿ ਇੱਕਦਮ ਯੂ ਕੈਨ ਸੇ ਆਈਡੈਂਟੀਫਾਈ ਕਰਨਾ ਕਿ ਬੰਦਾ ਕਿੱਥੇ ਹੋਊਗਾ ਪੋਸੀਬਲ ਨਹੀਂ ਸੀਗਾ। ਪਰ ਜਿਹੜਾ ਅੱਜ ਵਾਲਾ ਆਪਰੇਸ਼ਨ ਹੋਇਆ, ਕੰਕਰੀਟ ਆਪਰੇਸ਼ਨ ਸੀਗਾ, ਪ੍ਰੋਪਰ ਇਨਫੋਰਮੇਸ਼ਨ ਸੀਗੀ, ਔਰ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ, ਪ੍ਰੋਪਰ ਸੰਜਮ ਦੇ ਨਾਲ, ਪੇਸ਼ੈਂਸ ਦੇ ਨਾਲ ਇਹਨੂੰ ਅੰਜਾਮ ਦਿੱਤਾ ਗਿਆ। ਉਹ ਸਾਰਾ ਜਿਹੜਾ ਜੀ ਹੁਣ ਤਫਤੀਸ਼ ਦੇ ਦੌਰਾਨ ਕੋਈ ਵੀ ਅੱਗੇ ਜਿਹੜੀ ਡਿਵੈਲਪਮੈਂਟ ਇਸ ਕੇਸ 'ਚ ਹੋਊਗੀ ਉਹ ਟਾਈਮ ਟੂ ਟਾਈਮ ਦੱਸੀ ਜਾਏਗੀ। ਫਿਲਹਾਲ ਇੰਨਾ ਗ੍ਰਿਫਤਾਰ ਕਰਕੇ NSA ਦੇ ਅੰਦਰ ਉਹਨਾਂ ਨੂੰ ਡਿਬਰੂਗੜ੍ਹ ਭੇਜ ਦਿੱਤਾ ਗਿਆ ਹੈ। ਫਰਦਰ ਜੋ ਕਾਰਵਾਈ ਹੋਏਗੀ ਉੱਥੇ ਹੀ ਉਹਦੀ ਗ੍ਰਿਫਤਾਰੀ ਹੁੰਦੀ ਆ। ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਨਾਮ ਤੇ ਗੁਰਦੁਆਰਾ ਬਣਿਆ ਹੋਇਆ, ਉਹਦੇ ਪਿੱਛੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕੋਈ ਕਰਦਾ। ਮੈਂ ਤਾਂ ਸਿਰਫ ਜੋ ਤੁਹਾਨੂੰ ਫੈਕਟਸ ਆ ਦੱਸੇ ਆ ਕਿ ਪੰਜਾਬ ਪੁਲਿਸ ਨੇ ਓਪਰੇਸ਼ਨਲ ਇਨਪੁੱਟਸ ਦੇ ਬੇਸ ਦੇ ਉੱਤੇ ਉਹਨੂੰ ਲੋਕੇਟ ਕੀਤਾ। ਲੋਕੇਟ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਕਿ ਕੋਈ ਵੇ ਨਹੀਂ ਸੀਗਾ ਸਕੇਪ ਦਾ, ਤਾਂ ਉਹਦੇ ਵਿੱਚ ਫਰਦਰ ਉਹਨੂੰ ਗ੍ਰਿਫਤਾਰ ਕੀਤਾ। ਸਰ ਅੰਮ੍ਰਿਤਪਾਲ ਪੰਜਾਬ 'ਚ ਸੀਗਾ, ਇਹ ਵੀ ਸਾਹਮਣੇ ਆ ਰਿਹਾ ਕਿ ਪਪਲਪ੍ਰੀਤ ਦਾ ਪੂਰਾ ਪਲੈਨਿੰਗ ਸੀਗਾ ਗ੍ਰਿਫਤਾਰੀ ਤੋਂ ਬਾਅਦ ਕਿ ਇੱਕ ਵੱਡਾ ਇੰਟਰਵਿਊ ਵੀ ਕਰਾਉਣਾ ਹੈ ਔਰ ਇਸ ਤਰ੍ਹਾਂ ਦਾ ਸਰੈਂਡਰ। ਨਹੀਂ, ਕੋਈ ਵੀ ਦੇਖੋ ਇਸ ਕੇਸ ਦੇ ਵਿੱਚ ਅਜੇ ਫਰਦਰ ਕੋਈ ਟਿੱਪਣੀ ਦੇਣਾ ਵਾਜਬ ਨਹੀਂ ਹੈ। ਕੋਈ ਡਿਵੈਲਪਮੈਂਟ ਫਰਦਰ ਇਸ ਕੇਸ ਦੇ ਵਿੱਚ ਹੋਏਗੀ ਉਹ ਤੁਹਾਡੇ ਨਾਲ ਟਾਈਮ ਟੂ ਟਾਈਮ ਜਿਹੜੀ ਆਪਾਂ ਸ਼ੇਅਰ ਕਰਦੇ ਰਹਾਂਗੇ। ਕੀ ਅੰਮ੍ਰਿਤਪਾਲ ਸਿੰਘ ਜਿਹੜਾ ਉਹ ਗ੍ਰਿਫਤਾਰੀ ਦਿੱਤੀ ਗਈ ਹੈ ਆਪਣੀ ਨਾਕੀ? ਨਹੀਂ, ਮੈਂ ਬਹੁਤ ਦੁਬਾਰਾ ਕਲੀਅਰ ਕਰ ਰਿਹਾ ਹਾਂ ਕਿ ਜਿਹੜੇ ਇਨਪੁੱਟ ਸੀਗੇ ਓਪਰੇਸ਼ਨਲ ਇਨਪੁੱਟ ਪੰਜਾਬ ਪੁਲਿਸ ਕੋਲ ਸੀਗੇ, ਔਰ ਉਸੇ ਬੇਸ 'ਤੇ ਹੀ ਉਹ ਵਿਲੇਜ ਨੂੰ ਜਿਹੜਾ ਵਾ ਸਰਾਊਂਡ ਕੀਤਾ ਗਿਆ ਸੀਗਾ, ਔਰ ਉਸ ਵਿਲੇਜ ਨੂੰ ਸਰਾਊਂਡ ਇਸ ਤਰੀਕੇ